ਧੰਨਵਾਦ, ਸਤਿ ਸ਼੍ਰੀ ਅਕਾਲ, ਸਲਾਮ ਅਦਾਬ, ਜੈ ਗੁਰਦੇਵ, ਧੰਨ ਗੁਰਦੇਵ। ਦੋਸਤੋ, ਮੈਂ ਸ਼ੁਕਰੀਆ ਦਾ ਕਰਦਾ ਪ੍ਰਿੰਟ ਮੀਡੀਆ ਦਾ, ਇਲੈਕਟ੍ਰੋਨਿਕ ਮੀਡੀਆ ਦਾ, ਜਿੰਨੇ ਵੀ ਸੱਜਣ, ਜਿੰਨੀ ਵੀ ਸਾਰੀ ਅਰੁਣ ਜੀ ਦੀ ਔਰ ਸਾਡੇ ਅਜੀਤ ਤੇਜਾ ਜੀ ਦੀ ਟੀਮ ਇਸ ਵੇਲੇ ਇੱਥੇ ਏਅਰਪੋਰਟ ਦੇ ਉੱਤੇ ਸਾਨੂੰ ਵੈਲਕਮ ਕਰਨ ਵਾਸਤੇ ਖੜੀ ਆ, ਉਹਨਾਂ ਦਾ ਇੱਕ ਇੱਕ ਕਦਮ ਚੱਲ ਕੇ ਆਉਣਾ ਸਾਡੇ ਸਿਰ ਮੱਥੇ ਆ। ਬਹੁਤ ਸਤਿਕਾਰ, ਬਹੁਤ ਪਿਆਰ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ। ਬੇਨਤੀ ਹੈ ਕਿ 11 ਤਰੀਕ ਨੂੰ ਜਿਹੜਾ ਮਹਾਮਾਈ ਦਾ ਜਾਗਰਣ ਹੋ ਰਿਹਾ ਔਰ 25 ਤਰੀਕ ਨੂੰ ਗੁਰਦਾਸ ਮਹਾਰਾਜ ਜੀ ਦਾ ਪ੍ਰੋਗਰਾਮ ਹੋ ਰਿਹਾ, ਮੈਂ ਸਭ ਨੂੰ ਹੱਥ ਜੋੜ ਕੇ ਇੱਥੇ ਹੀ ਬੇਨਤੀ ਕਰੂੰਗਾ ਕਿ ਤੁਸੀਂ ਹੁੰਮ ਹੁਮਾ ਕੇ ਪਹੁੰਚੋ ਆਪਾਂ ਮਹਾਮਾਈ ਦੇ ਚਰਨਾਂ 'ਚ, ਮਹਾਰਾਜ ਦੇ ਚਰਨਾਂ ਦੇ ਵਿੱਚ। ਸਭ ਹੈ ਇੱਕੋ ਹੀ, ਰਾਮ ਰਹੀਮ ਅਤੇ ਮੌਲਾ ਕੀ, ਜੇ ਗੱਲ ਸਮਝ ਲਈ ਫਿਰ ਰੌਲਾ ਕੀ, ਸਾਰੇ ਪਾਸੇ ਇੱਕੋ ਹੀ ਹੈ। ਸੋ ਤੁਸੀਂ ਆਓ, ਜਿੱਥੇ ਵੀ ਮੈਂ ਜਾਵਾਂਗਾ ਤੁਹਾਡਾ ਸਭ ਦਾ ਅੱਖਾਂ ਵਿਛਾ ਕੇ ਤੁਹਾਡਾ ਇੰਤਜ਼ਾਰ ਕਰੂੰਗਾ। ਤੁਸੀਂ ਮੇਰੀ ਬੇਨਤੀ ਨੂੰ ਕਬੂਲ ਕਰਿਓ। ਮੈਂ ਰੂਹਾਨੀ ਤਾਰਾਂ ਔਰ ਸਾਡੇ ਅਰੁਣ ਜੀ ਦਾ, ਅਜੇ ਭਟੇਜਾ ਜੀ ਦਾ, ਸਾਡੇ ਵਿਕਰ ਭਾਜੀ ਦਾ ਅਤੇ ਸਾਰੇ ਜਿੰਨੇ ਵੀ ਟੀਮ ਇੱਥੇ, ਮੈਂ ਨਾਮ ਨਹੀਂ ਜਾਣਦਾ ਸਾਰਿਆਂ ਦੇ, ਕਰਦਾ ਔਰ ਮੈਂ ਆਸਟ੍ਰੇਲੀਆ ਦੇ ਵਿੱਚ ਆ ਚੁੱਕਾ। ਆਪਾਂ ਮਿਲਦੇ ਹਾਂ 11, ਉਸ ਤੋਂ ਪਹਿਲਾਂ ਵੀ ਤੁਹਾਡੇ ਨਾਲ ਮੇਰੀ ਗੱਲ ਕਿਸੇ ਨਾ ਕਿਸੇ ਮਾਧਿਅਮ ਰਾਹੀਂ। ਸਤਿ ਸ਼੍ਰੀ ਅਕਾਲ, ਜੈ ਮਾਤਾ, ਨਮਸਕਾਰ।